ਆਪਾਂ ਆਪਦੇ ਪੰਜਾਬ ਨੂੰ ਬਚਾ ਲਈਏ, ਆਪਾਂ ਆਪਦੇ ਵੀਰਾਂ ਨੂੰ ਬਚਾ ਲਈਏ। ਇੱਥੇ ਨਲੂਏ ਵਰਗੇ ਜਵਾਨ ਪੈਦਾ ਹੋਏ ਸਾਡੇ ਪੰਜਾਬ 'ਚ, ਪਰ ਸਾਡਾ ਪੰਜਾਬ ਘੜੋ ਨਹੀਂ ਰਿਹਾ। ਇਹਨੂੰ ਨਸ਼ਿਆਂ ਨੇ ਐਸਾ ਕਲਾਵੇ ਦੇ ਵਿੱਚ ਲੈ ਲਿਆ ਮੇਰੇ ਵੀਰੋ, ਵੀ ਸਾਡਾ ਪੰਜਾਬ ਅੱਜ ਖਤਮ ਹੋਣ ਦੇ ਕਿਨਾਰੇ 'ਤੇ ਆ ਗਿਆ। ਪੰਜਾਬ ਨੂੰ ਬਚਾ ਲਈਏ, ਆਪਾਂ ਆਪਦੇ ਨੌਜਵਾਨਾਂ ਨੂੰ ਬਚਾ ਲਈਏ, ਆਪਣੇ ਵੀਰਾਂ ਨੂੰ ਬਚਾ ਲਈਏ। ਤੁਸੀਂ ਇਹ ਗੱਲ ਨਾ ਕਰੋ ਵੀ ਤੀਜੇ ਘਰ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਉਹ ਵੀਰ ਨਸ਼ਾ ਕਰਦਾ ਤੇ ਆਪਣਾ ਫਰਜ਼ ਬਣਦਾ ਸਾਰਿਆਂ ਦਾ। ਪਿੰਡ ਦੇ ਵਿੱਚ ਇਹਨੂੰ ਸਮਝਾਈਏ ਨਹੀਂ ਵੀ ਆਪਾਂ ਇੱਦਾਂ ਨਹੀਂ ਕਰਨਾ, ਆਪਾਂ ਤਾਂ ਇਹਨੂੰ ਚੱਲਣਾ। ਔਰ ਤੁਸੀਂ ਇਹ ਗੱਲ ਇੱਕ ਸ਼ਰੀਕੇਬਾਜ਼ੀ ਤੋਂ, ਇੱਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਇਹ ਕੰਮ ਕਰਨਾ ਪਊਗਾ, ਇੱਕ ਹੰਬਲਾ ਮਾਰਨਾ ਪਊਗਾ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ। ਔਰ ਇਹ ਮੇਰੇ ਵੀਰੋ, ਬਚਾ ਲਓ ਆਪਣੇ ਪੰਜਾਬ ਨੂੰ, ਆਪਣਾ ਪੰਜਾਬ ਜਿਹੜਾ ਖਤਮ ਹੋਣ ਦੇ ਕਿਨਾਰੇ 'ਤੇ ਆ ਗਿਆ ਜੀ। ਔਰ ਬਾਕੀ ਗੱਲਾਂ ਜੇ ਆਪਾਂ ਨਸ਼ੇ ਦੀ ਗੱਲ ਕਰ ਲਈਏ ਵੀ ਜੇ ਕੈਪਟਨ ਸਾਹਿਬ ਨੇ ਹੁਣ ਗੋਲੀ ਦੇ ਦਿੱਤੀ ਆ ਜੀ ਇੱਕ ਹਸਪਤਾਲਾਂ ਦੇ ਵਿੱਚ, ਵੀ ਜਿਹੜੇ ਮੇਰੇ ਵੀਰਾਂ ਨੂੰ ਇਹ ਨਸ਼ਾ ਨਹੀਂ ਮਿਲਦਾ ਉਹ ਜਾ ਕੇ ਤੇ ਗੋਲੀਆਂ ਲੈ ਲੈਣ। ਔਰ ਉਹ ਜਿਹੜੀ ਗੋਲੀ ਹੈਗੀ ਨੇ ਮੇਰੇ ਵੀਰੋ, ਉਹ ਬਹੁਤ ਮਾੜੀ ਜੇ ਗੁਰਦਿਆਂ ਵਾਲੀ ਮਾਰੀ ਜੇ ਉਹ ਲੈ ਕੇ ਬਹਿ ਜਾਂਦੀ ਜੇ, ਸਭ ਤੋਂ ਵੱਡਾ ਉੱਤਰ ਕਾਲਾ ਪੀੜੀਆ ਹੋਈ ਜਾਂਦਾ ਜੇ। ਔਰ ਤੀਜੀ ਗੱਲ, ਆਪਾਂ ਤਾਂ ਨਸ਼ਾ ਛੱਡਣ ਦੀ ਸਾਨੂੰ ਗੋਲੀ ਦਿੰਦੇ ਆ ਵੀਰੋ, ਪਰ ਉਹਦਾ ਨੌ ਰੁਪਈਆ ਜਿਹੜੇ ਮੇਰੇ ਪੜ੍ਹੇ ਲਿਖੇ ਵੀਰ ਉਹਨਾਂ ਨੂੰ ਪਤਾ ਨੌ ਰੁਪਈਆ ਦਾ ਨਸ਼ਾ ਕੀ ਹੁੰਦਾ ਹੈ, ਇਹਨਾਂ ਹੈਰੋਇਨ ਤੋਂ ਵੀ ਉੱਤੇ ਸਾਨੂੰ ਦਿੱਤੀ ਜਾ ਰਹੇ ਆ। ਔਰ ਮੇਰੇ ਜਿਹੜੇ ਵੀਰ ਇਹ ਗੋਲੀ ਖਾ ਰਹੇ ਆ, ਤੇ ਮੇਰਾ ਖਿਆਲ ਵੀ ਮੈਂ 5-5 ਸਾਲ ਤਾਂ ਹੋ ਗਏ ਮੈਨੂੰ ਵੇਖਦੇ ਨੂੰ, ਉਹ ਗੋਲੀ ਅੱਜ ਤੱਕ ਛੁੱਟੀ ਨਹੀਂ ਗਈ ਕਿਸੇ ਤੋਂ, ਚਾਹੇ ਉਹ ਰਾਣੇ ਵਾਲੀ ਆ ਚਾਹੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਿੰਦੇ ਆ। ਤੇ ਹੁਣ ਆ ਕੇ ਆ ਜਿੰਨੇ ਮੇਰੇ ਵੀਰ ਆ ਉਹ ਸਾਰੇ ਜਾ ਕੇ ਤੇ ਆਪੋ ਆਪਣਾ ਕੰਮ ਛੱਡ ਕੇ ਤੇ ਲੈਣਾ 'ਚ ਲੱਗੇ ਹੁੰਦੇ ਆ, ਪਹਿਲਾਂ ਗੋਲੀ ਖਾ ਆਈਏ ਫਿਰ ਕੰਮ ਕਰੀਏ, ਤੇ ਉਹ ਤਾਂ ਵੀਰੋ ਸਾਰੀ ਦਿਹਾੜੀ ਆਪਣੀ ਉੱਥੇ ਹੀ ਮਰ ਜਾਂਦੀ ਆ, ਕੰਮ ਅਸੀਂ ਕੀ ਕਰਨੇ ਆ। ਔਰ ਦੂਜੀ ਗੱਲ ਵੀ ਆਪਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਵੀ ਤੁਸੀਂ ਹੋਰ ਬਦਲ ਬੀਜੋ ਝੋਨੇ ਤੋਂ, ਔਰ ਅਸੀਂ ਉਹ ਵੀ ਬੀਜ ਵੇਖ ਲਿਆ, ਅਸੀਂ ਮੱਕੀ ਵੀ ਬੀਜ ਵੇਖ ਲਈ, ਅਸੀਂ ਮਟਰ ਵੀ ਬੀਜ ਵੇਖ ਲਏ, ਉਹ ਵੀਰੋ ਸਾਡੇ 10 ਰੁਪਈਏ ਕਿਲੋ ਮਟਰ ਜਾਂਦੇ, 3 ਰੁਪਈਏ ਕੜਵਾਈ ਚਲੇ ਜਾਂਦੀ ਆ, ਤੇ ਕਈਆਂ ਨਾਲ 8 ਰੁਪਈਏ ਹੀ ਦਿੰਦੇ ਆ, ਤੇ ਉਹ ਵੀ ਅਸੀਂ ਖਤਮ ਹੋ ਗਏ। ਫਿਰ ਅਸੀਂ ਮਕਈਆਂ ਵੀ ਬੀਜ ਛੱਡੀਆਂ ਭਾਜੀ, ਕੁਛ ਨਹੀਂ ਜੇ ਆਪਾਂ ਨੂੰ ਮਿਲਿਆ। ਤੇ ਜੇ ਆਪਾਂ ਪਾਣੀ ਦੀ ਗੱਲ ਕਰ ਲਈਏ ਤਾਂ ਵੀਰੋ, 3 ਤਹਿਆਂ ਨੇ ਧਰਤੀ ਦੀਆਂ ਪਾਣੀ, 2 ਆਪਾਂ ਖਤਮ ਕਰ ਚੁੱਕੇ ਗੇ, ਤੀਜੀ ਜਿਹੜੀ ਉਹ 30% ਚਲੇਗੀ ਜੇ। ਔਰ ਇਹ ਵੇਖ ਲਓ ਵੀ ਜਿਹੜਾ ਬਾਕੀ ਰਹਿ ਜਾਓ ਆਪਾਂ ਕਿੰਨਾ ਕੁ ਟਾਈਮ ਲੱਗੂਗਾ। ਤੁਸੀਂ ਮਹਾਰਾਸ਼ਟਰ ਦੀ ਧਰਤੀ 'ਤੇ ਵੇਖ ਲਓ, ਆਪਾਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜਾਂਦੇ ਹਾਂ, ਔਰ ਉੱਥੇ ਤੁਸੀਂ ਬੋਰ ਵੇਖ ਲਓ ਜਿਹੜੇ ਮੇਰੇ ਵੀਰੋ, ਉਹ ਜਿਹੜੀ ਆਪਾਂ ਘਰ ਆ ਮੋਟਰਾਂ ਆਮ ਲਾਈਆਂ ਪਾਣੀ ਵਾਲੀਆਂ, ਜੇ ਕਿਸੇ ਦੀ ਉਹ ਪਾਣੀ ਨਿਕਲ ਆਉਂਦਾ 2-2 ਹਜ਼ਾਰ ਦੇ ਫੁੱਟ 'ਤੇ ਵੀ ਨਹੀਂ ਜੇ ਨਿਕਲਦਾ, ਜੇ ਕਿਸੇ ਦਾ ਨਿਕਲ ਆਉਂਦਾ ਤਾਂ ਸਮਝੋ ਉਹਦੀ ਲਾਟਰੀ ਨਿਕਲ ਆਈ। ਔਰ ਉਹ ਪਾਣੀ ਨੂੰ ਸਟੋਰ ਕਰਕੇ ਇੱਕ ਤਲਾਅ ਨੂੰ ਮੈਂ ਬਣਾ ਕੇ, ਔਰ ਉਹਦੇ ਵਿੱਚੋਂ ਫੁਹਾਰੇ ਨਾਲ ਪਾਣੀ ਜਿਹੜਾ ਫਸਲਾਂ ਨੂੰ ਦਿੰਦੇ ਨੇ, ਅਤੇ ਹਾਂ ਆਪਣੀ ਵੀ ਵੀਰੋ ਉਹੀ ਹੋ ਜਾਣੀ ਜੇ ਇੱਕ ਦਿਨ ਨੂੰ। ਔਰ ਇਹ ਗੱਲ ਇੱਕ ਬੰਦੇ ਦੀ ਨਹੀਂ, ਆਪਾਂ ਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਪਊਗਾ। ਔਰ ਇਹ ਜੇ ਖਸਖਸ ਦੀ ਗੱਲ ਕਰ ਲਈਏ ਤੇ ਮੈਂ ਕਹਿੰਦਾ ਚਲੋ ਫੀਮ ਤਾਂ ਉਹ ਲੈ ਜਾਂਦੇ, ਪਰ ਸਾਨੂੰ ਉਹਨਾਂ ਨੂੰ ਪੈਸਾ ਵੀ ਦਿੰਦੀ ਆ ਸਰਕਾਰ, ਜੇ ਹੁਣ ਯੂਪੀ ਦੇ ਵਿੱਚ ਆ ਜਾਂ ਹੋਰ ਬਿਹਾਰ 'ਚ ਹੋ ਰਹੀ ਆ,
ਮਹਾਰਾਸ਼ਟਰ ਚ ਹੋ ਰਹੀ ਆ। 12 ਸੂਬੇ ਮੇਰਾ ਵੀਰ ਜਿਵੇਂ ਦੱਸ ਗਿਆ ਵੀ 12 ਸੂਬੇ ਦੇ 52 ਦੇਸ਼ਾਂ ਚ ਹੁੰਦੀ ਆ ਇਹ ਜਿਹੜੀ ਖੇਤੀ ਆ, ਤੇ ਸਾਡੇ ਪੰਜਾਬ ਨੂੰ ਕਿਉਂ ਵਾਂਝਿਆ ਰੱਖਿਆ ਗਿਆ? ਜਾਂ ਤਾਂ ਉਹਨਾਂ ਬਾਹਰਾਂ ਨੂੰ ਵੀ ਬੰਦ ਕਰ ਦੇਣ, ਜੇ ਸਾਡਾ ਪੰਜਾਬ ਬੰਦ ਹੈ ਤਾਂ ਉਹਨਾਂ ਬਾਹਰਾਂ ਨੂੰ ਵੀ ਬੰਦ ਕਰ ਦੇਣ। ਇਹ ਵੀਰ ਜੀ ਕੋਝੀਆਂ ਚਾਲਾਂ ਸਰਕਾਰ ਦੀਆਂ ਸਾਡੇ ਪੰਜਾਬ ਨੂੰ ਖਤਮ ਕਰਨ ਦੀਆਂ, ਤੇ ਇਹ ਤਾਂ ਹੰਭਲਾ ਮਾਰਨਾ ਪਊਗਾ ਵੀਰੋ। ਇਹ ਤਕੜੇ ਹੋ ਗਏ ਸਾਡੇ ਨਾਲ, ਤੁਸੀਂ ਜੁੜੋ, ਆਪਾਂ ਆਪਦੇ ਪੰਜਾਬ ਨੂੰ ਬਚਾ ਲਈਏ, ਆਪਾਂ ਆਪਦੇ ਵੀਰਾਂ ਨੂੰ ਬਚਾ ਲਈਏ। ਤੇ ਇਹ ਇੱਕ ਬੰਦੇ ਦਾ ਕੰਮ ਨਹੀਂ ਗਾ। ਹੁਣ ਜੇ ਆਪਾਂ ਗੱਲ ਕਰ ਲਈਏ ਵੀ ਇਹ ਤਾਂ ਨਸ਼ੇ ਤੇ ਲੱਗ ਜਾਣਗੇ ਬੰਦੇ, ਉਹ ਗੱਲ ਨਹੀਂ ਜੀ ਵੀਰ ਹੋ, ਜਿਹੜੀ ਨਸ਼ੇ ਵਾਲੀ ਗੱਲ ਉਹ ਠੇਕੇ ਸ਼ਰਾਬ ਦੇ ਖੁੱਲੇ ਆ, ਉਹ ਜਿਹੜਾ ਪੀਣ ਵਾਲਾ ਉੱਥੇ ਹੀ ਉਹ ਜਾਊਗਾ, ਦੂਜਾ ਬੰਦਾ ਨਹੀਂ ਲੈ ਜਾਂਦਾ। ਇਹ ਗੱਲ ਵੇਖ ਲਓ ਤੁਸੀਂ। ਉਹ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਵੀ ਜੇ ਇਕੱਲੀ ਖਾਸਕਾ ਦੀ ਸਾਨੂੰ ਗੌਰਮੈਂਟ ਦੇ ਦੇ ਮੇਰੇ ਵੀਰੋ, ਤੇ 3.5 ਤੋਂ ਲੈ ਕੇ 5 ਲੱਖ ਰੁਪਈਏ ਦੀ ਜਿਹੜੀ ਰਾਜਸਥਾਨ ਜਾਂ MP ਵਰਗੀਆਂ ਉਹ ਜ਼ਮੀਨਾਂ, ਪਥਰੀਲੀ ਜ਼ਮੀਨ ਆ ਵੀਰੋ, ਉਹਦੇ ਵਿੱਚ ਵੀ 5 ਲੱਖ ਦੀ ਇਕੱਲੀ ਖਸਖਸ ਹੋ ਜਾਂਦੀ ਜੇ, ਔਰ ਇਹ ਛਮਾਹੀ ਫਸਲ ਜੇ, 4 ਮਹੀਨੇ ਦੀ ਫਸਲ ਜੇ, 4 ਮਹੀਨੇ ਦੇ ਵਿੱਚ ਫਸਲ ਤਿਆਰ ਹੋ ਜਾਂਦੀ ਜੇ। ਔਰ ਗੱਲ ਇਹਦਾ ਮੇਨ ਮੁੱਦਾ ਇਹ ਆ ਵੀ ਇਹ ਆਪਾਂ ਨੂੰ ਸੰਘਰਸ਼ ਕਰਨਾ ਪਊਗਾ ਇਹਦੇ ਲਈ, ਕਿਉਂਕਿ ਇਹਦੇ 'ਤੇ ਮਾਫੀਆ ਬੈਠਾ ਬੜਾ ਤਕੜਾ, ਔਰ ਜਿਨ੍ਹਾਂ ਦੀਆਂ ਐਡੀ ਐਡੀਆਂ ਫੈਕਟਰੀਆਂ ਨੇ ਉਹ ਆਪਾਂ ਨੂੰ ਇੰਨਾ ਸੌਖਾ ਥੋੜ੍ਹੀ ਕੰਮ ਕਰਨ ਦੇਣਗੇ ਵੀ ਆਪਾਂ ਨੂੰ ਕਹਿਣਗੇ ਲਿਆਓ ਜੀ ਥਾਲੀ, ਅਸੀਂ ਤੁਹਾਡੀ ਥਾਲੀ ਦੇ ਵਿੱਚ ਪਾ ਦਿੰਦੇ ਹਾਂ ਅਤੇ ਲੈ ਜਾਓ ਤੁਸੀਂ ਕਰ ਲਓ ਖਸਖਸ ਦੀ ਖੇਤੀ। ਨਹੀਂ ਵੀਰੋ, ਆਪਾਂ ਨੂੰ ਜੁੜਨਾ ਪਊਗਾ ਨਾਲ, ਜੁੜ ਕੇ ਸੰਘਰਸ਼ ਕਰਨਾ ਪਊਗਾ। ਔਰ ਦੂਜੀ ਗੱਲ ਇਹ ਵੀ ਜੇ ਆਪਾਂ ਕਹਿ ਦਈਏ ਵੀ ਆਪਣੇ ਜਿਹੜੇ ਕਰਜ਼ੇ ਉਹ ਮਾਫ਼ ਹੋ ਜਾਣਗੇ, ਇਹ ਗਲਤ ਗੱਲਾਂ ਜੇ, ਇਹਨਾਂ ਦੀਆਂ ਕੋਝੀਆਂ ਚਾਲਾਂ ਵੇਖ ਹੀ ਲਿਆ। ਕੈਪਟਨ ਸਾਹਿਬ ਉਦੋਂ ਕਹਿੰਦੇ ਸੀ ਵੀ ਮੈਂ ਤੁਹਾਡਾ 8 ਰੁਪਈਆਂ ਦਾ ਵੀ ਕਰਜ਼ਾ ਮਾਫ਼ੀ ਦਿਊਂਗਾ, ਹੈ ਨਾ। ਅਤੇ ਦੂਜੇ ਨੰਬਰ 'ਤੇ ਉਹਨਾਂ ਕਿਹਾ ਸੀ ਜਿਹੜੇ ਟਰੈਕਟਰਾਂ ਦੇ ਆ, ਕੋਆਪਰੇਟਿਵ ਬੈਂਕਾਂ ਦੇ ਆ, ਜਾਂ ਹੋਰ ਵੀ ਤੁਹਾਡੀਆਂ ਪ੍ਰਾਈਵੇਟ ਬੈਂਕਾਂ, ਸਾਰੇ ਪੈਸੇ ਇੱਕ ਦੇ ਹੱਥ ਮਾਰ ਕੇ ਮੈਂ ਕਿਹਾ ਮੈਂ ਦੂੰਗਾ। ਪੌਣੇ 2 ਸਾਲ ਵੀਰੋ ਸਰਕਾਰ ਚੱਲ ਗਈ ਆ, ਕਿਸੇ ਨੇ ਕੋਈ ਪੈਸਾ ਨਹੀਂ ਜੇ ਦੇਣਾ। ਮੈਂ ਕਹਿੰਦਾ ਕਹਿੰਦਾ 1% ਇੰਟਰਸਟ ਆ, ਅਸੀਂ ਕਹਿੰਦੇ 2 ਲਾ ਲਓ, ਬੈਂਕਾਂ 2 ਲਾ ਲੈਣ, ਪਰ ਗੱਲ ਇਹ ਆ ਵੀ ਸਾਨੂੰ ਖਸਖਸ ਦੀ ਖੇਤੀ ਕਰ ਲੈਣ ਦਿਓ, ਉਹ ਸਾਨੂੰ ਮੰਗਤੇ ਨਾ ਬਣਾਓ। ਅਸੀਂ ਮੰਗਤੇ ਨਹੀਂ ਬਣਨਾ, ਕੋਈ ਹਸਪਤਾਲਾਂ 'ਚ ਵੀ ਸਾਨੂੰ ਮੰਗਤੇ ਬਣਾਤਾ, ਅਤੇ ਤੁਸੀਂ ਸਾਨੂੰ ਖੇਤੀ ਅੰਦਰ ਜਾਓ ਵੀ ਜਿਹੜਾ ਤੁਸੀਂ ਮੰਗਤੇ ਬਣਾਤਾ। ਮੰਗਤੇ ਨਹੀਂ ਬਣਨਾ, ਅਸੀਂ ਤਾਂ ਸ਼ੇਰਾਂ ਦੀ ਕੌਮ ਆ, ਸਾਡੀ ਸਿੰਘਾਂ ਦੀ ਕੌਮ ਆ, ਅਸੀਂ ਤਾਂ ਸ਼ੇਰ ਬਣਨਾ ਹੈ। ਅਤੇ ਮੇਰੇ ਵੀਰੋ, ਤੁਸੀਂ ਰਲ ਕੇ ਸਾਡਾ ਸਾਥ ਦਿਓ, ਹੰਭਲਾ ਵਰੋ। ਟਾਈਮ ਥੋੜ੍ਹਾ ਇੰਨੀਆਂ ਕੁ ਗੱਲਾਂ ਕਹਿੰਦਾ ਆ, ਅੱਗੇ ਤੋਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।